अपने शहर और आसपास की खबरें पाने के लिए हमारे न्यूज़ चैनल को सब्सक्राइब करें और साथ में लगे घंटी वाले बटन को दबाएं। चार पैसे कमाने उदो तो चारों पासे गेट खोल देने, जो तो कोई मीडिया वाला आ जाए कोई भी आ जाऊगा उदो गेट बंद कर देने, उन्होंने डर की वजह नाल कि हाँ कोई देख ना लेवे, कोई अखबार से ना आ जाए, आ देखो साड़ी की कंडीशन है। इदा ये हालत दे विच साले पैसे कमाने इत्थे बैठे बैठे। दास्तान है सिविल हस्पताल, आइए आज हमको दिखाते हैं बंद गेट, पानी की किल्लत, टेस्ट रिपोर्ट लेने के लिए धूप में खड़े मरीज और आराम फरमा रहे स्टाफ के बारे में। देखते रहिए आगे का वीडियो। मैडम की नाम गेट बंद किया है सोनिया। मैडम की दिक्कत आ रही थानू, जेड़ा गेट बंद हो गया। दिक्कत लंगन मैडम दी आ रही है, थरो निकले नहीं जा रहे हम, फिर घूम के जाइए ऊपर दी जंगला या बनी घूम। प्रेग्नेंट लेडी या घूमना नहीं ना हैगा, हां बंदा तो निकल जाऊगा, प्रेग्नेंट लेडी कदा निकलूगी उठो। हां जी मैडम की दिक्कत आ रही थानू गेट बंद करने दे, जेड़े फिर तंग होंदे पे जान नु, पता नहीं क्यों गेट बंद किया इन्हां ने, सानू ये नहीं पता की हो रहा इन्हां नु। ਦਿੱਕਤ ਆ ਰਹੀ ਬਹੁਤ ਜ਼ਿਆਦਾ। ਹਾਂ ਬਹੁਤ ਦਿੱਕਤ ਆ। ਭਾਈ ਜੀ ਹਾਂਜੀ ਕੀ ਨਾਮ ਤੁਹਾਡਾ ਸਰ? ਮੇਰਾ ਨਾਮ ਪਲਵਿੰਦਰ ਸਿੰਘ ਸਰ। ਹਾਂਜੀ ਕੀ ਕੰਮ ਕਰਦੇ ਤੁਸੀਂ? ਮੈਂ ਭਾਈ ਆਟੋ ਚਲਾਉਣਾ, ਮੈਂ ਮਰੀਜ਼ ਲੈ ਕੇ ਆਇਆ ਸੀਗਾ ਅਤੇ ਮਰੀਜ਼ ਦੇ ਵੀ ਸੱਟ ਲੱਗੀ ਹੋਈ ਪੈਰ 'ਤੇ ਬਹੁਤ ਜ਼ਿਆਦਾ, ਭਾਈ ਦੋ ਜਣੇ ਉਹਨੂੰ ਚੱਕ ਕੇ ਲੈ ਕੇ ਗਏ, ਇੱਥੋਂ ਦਰਦ ਵੀ ਬਹੁਤ ਹੁੰਦੀ ਸੀਗੀ, ਉਹਨੂੰ ਚੱਕ ਕੇ ਲੈ ਕੇ ਵਿਚਾਰਾ ਰੋਂਦਾ ਹੀ ਆ ਯਾਰ, ਉਹ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਸੀਗਾ। ਇੱਥੋਂ ਗੇਟ ਬੰਦ ਆ, ਇੱਥੋਂ ਲਾ ਕੇ ਭਾਈ ਦਿੱਲੀ ਲੈ ਕੇ ਗਏ ਉਹਨੂੰ ਦੋ ਜਣੇ ਚੱਕ ਕੇ, ਇਹਦੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਭਾਜੀ, ਬਹੁਤ ਜ਼ਿਆਦਾ ਹੱਦ ਤੋਂ ਵੱਧ। ਹੁਣ ਜਿਹੜਾ ਭਾਈ ਪੇਸ਼ੈਂਟ ਆ, ਸੱਟ ਲੱਗੀ ਆ, ਉਹ ਅੰਦਰ ਭਾਈ ਕਿੱਦਾਂ ਚੱਲੂਗਾ, ਜਦੋਂ ਤੁਰ ਕੇ ਕਿੱਦਾਂ ਜਾਏਗਾ ਅੰਦਰ? ਕੀ ਕਹਿਣਾ ਚਾਹੂੰਗਾ ਤੁਸੀਂ ਪ੍ਰਸ਼ਾਸਨ ਨੂੰ? ਭਾਜੀ ਇਹ ਤਾਂ ਬਹੁਤ ਮਾੜੀ ਗੱਲ ਆ ਭਾਈ, ਪ੍ਰਸ਼ਾਸਨ ਧੱਕਾ ਕਰ ਰਿਹਾ ਹੋਸਪਿਟਲ ਆ ਭਾਈ, ਇਹ ਥੋੜ੍ਹਾ ਆਪਣੀ ਮਰਜ਼ੀ ਨਹੀਂ, ਆਪਾਂ ਜਿੰਦਾ ਲਾ ਕੇ ਬਹਿ ਜਾਂਗੇ ਭਾਜੀ, ਇਹਦੇ ਨਾਲ ਤਾਂ ਫਿਰ ਪੱਕਾ ਹੀ ਬੰਦ ਕਰ ਦਿਓ ਨਾ, ਕਰ ਦੇਣਾ ਚਾਹੀਦਾ, ਇੱਦਾਂ ਦਾ ਕੋਈ ਮਤਲਬ ਥੋੜ੍ਹਾ ਭਾਈ ਆਪਣੀ ਮਰਜ਼ੀ ਨਾਲ ਜਿੰਦਾ ਲਾ ਕੇ, ਹੁਣ ਪੇਸ਼ੈਂਟ ਵਿਚਾਰੇ ਪੈਦਲ ਜਾ ਰਹੇ ਜਾਂ ਉਹਨਾਂ ਨੂੰ ਚੱਕ ਕੇ ਲਿਜਾਇਆ ਜਾ ਰਿਹਾ, ਤਾਂ ਕੋਈ ਇੱਥੇ ਪੁੱਛਣ ਵਾਲਾ ਹੈ ਨਹੀਂ, ਕੋਈ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਭਾਈ। ਤੁਹਾਡੀ ਕੀ ਮੰਗ ਆ ਹੁਣ ਪ੍ਰਸ਼ਾਸਨ ਤੋਂ? ਹਾਂਜੀ ਸਾਡੀ ਇਹੀ ਮੰਗ ਆ ਭਾਈ ਕਿ ਇਹਨੂੰ ਮੰਨ ਲਾ ਨਾ ਪੱਕਾ ਕੰਮ ਕੀਤਾ ਜਾਵੇ, ਜੇ ਚੱਲਦਾ ਨਹੀਂ ਪਿਆ ਉੱਥੋਂ ਭਾਈ ਬਹੁਤ ਔਖੇ ਹੋ ਕੇ ਲੰਘਿਆ ਜਾ ਰਿਹਾ, ਦੇਖੋ ਆ ਘੁੰਮਣਾ ਚਾਹੀਦਾ, ਐਮਰਜੈਂਸੀ ਕੋਈ ਮਰੀਜ਼ ਆ ਜਾਵੇ ਠੀਕ ਹੈ ਨਾ, ਠੀਕ ਹੈ ਨਾ, ਐਂਬੂਲੈਂਸ ਆ ਕੇ ਇੱਥੇ ਖੜੂਗੀ, ਠੀਕ ਹੈ ਨਾ, ਇੱਥੋਂ ਮਰੀਜ਼ ਨੂੰ ਚੱਕ ਕੇ ਐਮਰਜੈਂਸੀ 'ਚ ਲੈ ਕੇ ਜਾਣਗੇ, ਠੀਕ ਹੈ ਨਾ, ਐਮਰਜੈਂਸੀ ਕਿਹੜਾ ਰੁਕਣ ਦੂਰ ਜੇ ਐਮਰਜੈਂਸੀ 'ਚ ਤਾਂ ਪਹੁੰਚਦੇ ਕੋਈ ਦੁਰਘਟਨਾ ਹੋ ਜਾਵੇ ਭਾਜੀ, ਕੁਝ ਹੋ ਜਾਵੇ ਉਦਾਂ ਦੀ ਗੱਲਬਾਤ ਹੋ ਜਾਵੇ, ਫਿਰ ਇਹਨਾਂ ਨੇ ਆਣਾ ਬਿਲਕੁਲ ਸਰਵਿਸ ਉਧਰੋਂ ਉਦਾਂ ਆਟੋ ਵਾਲੇ ਨਹੀਂ ਜੀਣ ਦਿੰਦੇ ਜੀ, ਰੋਡ ਦੇ ਉੱਤਰ ਬਾ ਜਾਮ ਲੱਗਾ ਰਹਿੰਦਾ, ਜਾਮ ਲੱਗਾ ਹੋ ਜਾਂਦਾ ਆ, ਅੱਗੇ ਦੇਖੇ ਦੋ ਦਿਨ ਤਿੰਨ ਦਿਨ ਬੰਦ ਰਿਹਾ ਗੇੜ। ਕਿੰਨੀ ਕੁ ਦਿੱਤਾ ਆ ਤੁਹਾਨੂੰ? ਹੈਂ ਹੱਦ ਨਾਲ ਤੋਂ ਜ਼ਿਆਦਾ ਜੀ, ਜਾਣ ਦੀ ਪ੍ਰੋਬਲਮ ਆ ਜੀ, ਆਉਣ ਦੀ ਪ੍ਰੋਬਲਮ ਹੈ, ਜਾਂਦੇ ਹੋਵੇ ਨਾ ਜੀ, ਮੇਨ ਅੰਦਰ ਜਾਣ ਦੀ ਐਂਟਰੀ ਦੀ ਫੀਸ ਨਾ ਕਟਾਈ ਦਿੱਤੀ ਕੱਟੀ ਜਾਵੇ, ਠੀਕ ਹੈ ਨਾ, ਹਾਂਜੀ ਫੀਸ ਵੀ ਮਿਲਦੀ ਹੈ, ਫਿਰ ਵੀ ਸਾਰਾ ਕੁਛ ਤਾਲਾ ਲਾਉਣ ਦੀ ਕੀ ਪ੍ਰੋਬਲਮ ਹੈ, ਬਹੁਤ ਔਖਾ ਹੋ ਰਿਹਾ, ਜੇ ਕੋਈ ਐਮਰਜੈਂਸੀ ਲੇਡੀਜ਼ ਪ੍ਰੋਬਲਮ, ਲੇਡੀਜ਼ ਆ ਜਾਏ, ਪ੍ਰੈਗਨੈਂਟ ਲੇਡੀਜ਼ ਆ ਜਾਏ, ਉਹ ਕਿਸ ਤਰੀਕੇ ਦੇ ਨਾਲ ਜਾਊਗੀ? ਦੇਖੋ ਭਾਈ ਬੱਚੇ ਨੂੰ ਬਿਲਕੁਲ ਕਰੰਟ ਲੱਗਾ ਹੋਇਆ, ਹੁਣ ਅੰਦਰ ਜਾਣਾ ਭਾਜੀ, ਉੱਥੋਂ ਲੰਘਣ ਨੂੰ ਵੀ ਜਗ੍ਹਾ ਹੈ ਨਹੀਂ ਗੀ, ਜੇ ਬੱਚਾ ਕਿੱਥੋਂ ਫੜ ਕੇ ਲੰਘੇਗਾ ਜਾਂ ਇਹਨੂੰ ਕਿੱਦਾਂ ਲੰਘਾਵਾਂਗੇ, ਕਿੰਨੀ ਜ਼ਿਆਦਾ ਸੱਟ ਲੱਗੀ, ਜੇ ਮਾੜਾ ਜਿਹਾ ਹੱਥ ਕਿਤੇ ਟੱਚ ਹੋ ਗਿਆ ਤਾਂ ਇਹੀ ਭਾਜੀ ਹੋਰ ਵਾਧਾ ਵਧ ਜਾਣਾ ਆ, ਇੱਥੇ ਕੋਈ ਦੇਖਣ ਵਾਲਾ ਹੈ ਨਹੀਂ ਗਾ, ਮਤਲਬ ਉਹਨਾਂ ਨੇ ਲੋਕ ਲਾ ਕੇ ਚਾਬੀ ਆਪਣੇ MS ਲੈ ਗਏ ਆ, ਕੋਈ ਉਹਨਾਂ ਨੂੰ ਹੈ ਨਹੀਂ ਗਾ, ਪੇਸ਼ੈਂਟ ਕਿੱਦਾਂ ਆ ਰਿਹਾ ਨਹੀਂ ਹੋ ਰਿਹਾ, ਕੋਈ ਉਹਨਾਂ ਨੂੰ ਪ੍ਰੋਬਲਮ ਹੈ ਹੀ ਨਹੀਂ ਭਾਜੀ, ਹੁਣ ਛੋਟਾ ਬੱਚਾ ਕਰਾਇਆ ਜੇ ਬੱਚੇ ਨੂੰ ਕੁਝ ਹੋਇਆ ਫਿਰ ਹਾਂ ਬਿਲਕੁਲ ਭਾਜੀ, ਉਹ ਦੇਖੋ ਤੇ ਕਿੰਨੀ ਜ਼ਿਆਦਾ ਉਹ ਪ੍ਰੋਬਲਮ ਹੈਗੀ, ਤਾਂ ਵੀ ਉਹ ਹੁਣ ਵਿਚਾਰਾ ਕਿੱਦਾਂ ਉਹਨੂੰ ਉੱਥੋਂ ਲੰਘਾਉਣਗੇ ਚੱਕੇ, ਜਿਹੜੇ ਲੇਡੀਜ਼ ਵਿਚਾਰੀ ਆ ਉਹ ਬਜ਼ੁਰਗ ਹੁੰਦੇ ਆ, ਉਹਨਾਂ ਕੋਲ ਨਹੀਂ ਲੰਘ ਹੁੰਦਾ, ਉਹ ਵਿਚਾਰੇ ਫਿਰ ਪਿੱਛੋਂ ਵਾਪਸ ਮੁੜ ਜਾਂਦੇ, ਗੇਟ ਕਿਹਨਾਂ ਨੇ ਬੰਦ ਕਰਵਾਇਆ? ਗੇਟ ਭਾਈ MS ਨੇ ਬੰਦ ਕਰਾਇਆ, ਕਹਿ ਰਹੇ ਉਹ ਮਤਲਬ ਕਹਿੰਦੇ ਕੁਝ ਪਤਾ ਨਹੀਂ, ਇਹਦੀ ਵੀ ਦੱਸਿਆ ਕੀ ਪ੍ਰੋਬਲਮ ਆ ਕੀ ਨਹੀਂ, ਉਹ ਜਿੰਦਾ ਲਾ ਕੇ ਤੇ ਬਸ ਚੱਲ ਗਿਆ, ਕਹਿੰਦੇ ਚਾਬੀ ਦੇ ਦੇ, ਉਹਨਾਂ ਨੂੰ ਕਿਹਾ ਵੀ ਕਿ ਪ੍ਰੋਬਲਮ ਹੀ ਨਹੀਂ ਦੱਸਿਆ, ਕਹਿੰਦੇ ਬਸ ਕੁਝ ਦੱਸਿਆ ਨਹੀਂ, ਲੋਕ ਲਾ ਰਹੇ ਉਹ ਕਹਿੰਦੇ ਬਸ ਕੁਝ ਦੱਸਿਆ ਨਹੀਂ, ਲੋਕ ਲਾ ਕੇ ਤੇ ਚਾਬੀ ਲੈ ਕੇ ਚਲੇ ਗਏ, ਹੁਣ ਮਤਲਬ ਇੰਨੀ ਦਿੱਕਤ ਹੋ ਰਹੀ ਆ, ਦੇਖੋ ਪਿੱਛੇ ਵੀ ਗੱਡੀਆਂ ਗੱਡੀਆਂ ਆ ਗਈਆਂ ਲੈਣ ਲੱਗ ਜਾਣਾ ਉਹਨੇ। ਸਿਵਲ ਹਸਪਤਾਲ ਆਇਆ, ਤੁਹਾਨੂੰ ਕੀ ਦਿੱਕਤ ਆ ਰਹੀ ਹੈ ਇੱਥੇ? ਦਿੱਕਤ ਵੀਰ ਮੇਰੇ ਆ, ਪਾਣੀ ਦੀ ਦਿੱਕਤ ਬਹੁਤ ਆਈ ਹੈ, ਔਰ ਗੇਟਾਂ ਨੂੰ ਸਾਰਿਆਂ ਨੂੰ ਪਾਣੀ ਲੱਗੇ ਹੋਏ ਆ, ਵੇਖ ਲਓ ਪਾਣੀ ਤੋਂ ਗੁੜੀ ਪਿਆਸੀ ਪਈ ਆ, ਦੇਖੋ ਔਰ ਬਿਲਕੁਲ ਪਾਣੀ ਨਹੀਂ ਹੈਗਾ ਅੰਦਰ। ਮੈਡਮ ਕੀ ਦਿੱਕਤ ਆ ਰਹੀ ਜਿਹੜਾ ਤੁਹਾਨੂੰ ਆਹ ਗੇਟ ਬੰਦ ਕੀਤਾ ਹੈ MS ਨੇ? ਸਰ ਹੁਣ ਘੁੰਮ ਕੇ ਆਉਣਾ ਪੈਂਦਾ ਬੱਚੇ ਨਾਲ, ਪਹਿਲਾਂ ਤਾਂ ਉੱਧਰ ਕਾਫੀ ਜਾਣਾ ਜੀ, ਇੱਧਰ ਲੰਘਣਾ ਆ ਫਿਰ ਕਿੰਨਾ ਹੀ ਔਖਾ ਆ, ਜਦੋਂ ਜੇ ਹੁਣ ਇੱਥੋਂ ਲੰਘਿਆ ਤਾਂ ਮੇਰੇ ਪੇਟ 'ਚ ਟੰਕ ਲੱਗਿਆ, ਜੇ ਮੇਰੇ
ਖੁੱਭ ਜਾਵੇ ਪੇਟ ਦੇ ਵਿੱਚ ਤਾਂ ਉਹ ਨਿਕਲਣ ਨੂੰ ਬਹੁਤ ਦਿੱਕਤ ਹੈ। ਇੰਨਾ ਥੋੜ੍ਹਾ ਰਾਹ ਆ, ਬੱਚੇ ਲੈ ਕੇ ਤਾਂ ਨਾ ਬਣਾਉਣੇ, ਚਾਰ ਪੈਸੇ ਕਮਾਉਣੇ, ਉਦੋਂ ਤੋਂ ਚਾਰੋਂ ਪਾਸੇ ਗੇਟ ਖੋਲ੍ਹ ਦਿੰਦੇ ਹਾਂ। ਜਦੋਂ ਕੋਈ ਮੀਡੀਆ ਵਾਲਾ ਆ ਜਾਏ, ਕੋਈ ਵੀ ਆਜੂਗਾ, ਉਦੋਂ ਗੇਟ ਬੰਦ ਕਰ ਦਿੰਦੇ ਹਾਂ ਉਹਨਾਂ ਨੂੰ ਡਰ ਦੀ ਵਜ੍ਹਾ ਨਾਲ ਕਿ ਹਾਂ ਕੋਈ ਦੇਖ ਨਾ ਲਵੇ, ਕੋਈ ਅਖਬਾਰ 'ਚ ਨਾ ਆ ਜਾਵੇ, ਆਹ ਦੇਖੋ ਸਾਡੀ ਕੀ ਕੰਡੀਸ਼ਨ ਹੈ। ਇੱਦਾਂ ਇਹ ਹਾਲਤ ਦੇ ਵਿੱਚ ਸਾਡੇ ਪੈਸੇ ਕਮਾਉਂਦੇ ਇੱਥੇ ਬੈਠੇ ਬੈਠੇ, ਦੁਖੀ ਕੀਤਾ ਇਹਨਾਂ ਨੇ ਸਟੈਂਡ ਵਾਲੇ ਨੇ, ਮਨ ਮਰਜ਼ੀ ਦਾ ਕੰਮ ਕਰ ਰਹੇ ਇੱਥੇ। ਮੈਂ ਤਾਂ ਜਸਟ ਹੁਣੇ ਅਸੀਂ ਆਏ ਹਾਂ ਆਪਣਾ ਓਫਿਸ਼ੀਅਲ ਵਰਕ ਕਰਕੇ, ਅਤੇ ਉਹਨੂੰ ਪੁੱਛਿਆ ਕਹਿੰਦਾ ਉੱਪਰੋਂ ਕਿਸੇ ਨੇ ਓਫਿਸਰ ਨੇ ਕਿਹਾ ਹੋਇਆ ਇਹਨਾਂ ਨੂੰ। ਮੈਂ ਤੁਹਾਨੂੰ ਇਹ ਕਿਹਾ ਕਿ ਜਿਹੜੇ ਸਟਾਫ ਵਾਲੇ ਉਹਨਾਂ ਲਈ ਤਾਂ ਖੋਲ੍ਹੋ ਨਾ, ਬਾਕੀ ਜਿਹੜੇ ਪੇਸ਼ੈਂਟ ਹੈਗੇ ਉਹਨਾਂ ਨੂੰ ਵੀ ਦਿੱਕਤ ਤਾਂ ਹੈਗੀ ਹੈ। ਬਿਲਕੁਲ ਜੀ, ਗੇਟ ਬੰਦ ਹੋਣਾ ਜ਼ਰੂਰੀ ਹੈ। ਨਹੀਂ, ਗੇਟ ਕਿਉਂ ਬੰਦ ਹੋਣਾ ਜ਼ਰੂਰੀ ਯਾਰ, ਗੇਟ ਤਾਂ ਬੰਦ ਹੋਣਾ ਹੀ ਨਹੀਂ ਚਾਹੀਦਾ। ਤੁਸੀਂ ਕਦੇ ਗੇਟ ਨਹੀਂ ਖੋਲ੍ਹਿਆ, ਉਹਨਾਂ ਨੂੰ ਦੱਸਿਆ ਨਹੀਂ ਪੈਣਾ? ਨਹੀਂ, ਮੈਂ ਪੁੱਛਿਆ ਸਰ, ਉਹਨਾਂ ਦਾ ਪਤਾ ਲੱਗ ਰਿਹਾ ਪ੍ਰੈਗਨੈਂਟ ਆ, ਉਹਨਾਂ ਨੂੰ ਬਹੁਤ ਦਿੱਕਤ ਸੀਗੀ, ਤੁਸੀਂ ਉਦੋਂ ਗੇਟ ਨਹੀਂ ਖੋਲ੍ਹਿਆ। ਤੁਸੀਂ ਡਾਕਟਰ ਲਈ ਗੇਟ ਖੋਲ੍ਹਤਾ ਕਿਉਂ? ਤੁਸੀਂ ਸਿਵਲ ਹਸਪਤਾਲ ਆਏ, ਕੀ ਦਿੱਕਤ ਆ ਰਹੀ ਤੁਹਾਨੂੰ? ਤੁਹਾਨੂੰ ਦਿੱਕਤ ਇਹ ਆ ਰਹੀ ਹੈ ਕਿ ਅਸੀਂ ਸਵੇਰੇ 10 ਵਜੇ ਤੋਂ ਪਹਿਲਾਂ ਤਾਂ ਸੈਂਪਲ ਦਿੱਤੇ ਹੋਏ ਆ, ਅਜੇ ਤੱਕ ਤੁਹਾਨੂੰ ਰਿਪੋਰਟ ਕੋਈ ਨਹੀਂ ਮਿਲੀ। ਜਦੋਂ ਤੱਕ ਰਿਪੋਰਟ ਆਉਣੀ, ਡਾਕਟਰ ਨੇ ਉੱਠ ਖੜੇ ਹੋਣਾ, ਦਵਾਈ ਵਾਲੇ ਬੰਦ ਹੋ ਜਾਣੇ, ਸਾਨੂੰ ਕੀ ਫਾਇਦਾ ਇੱਥੇ ਆਉਣ ਦਾ? ਰਿਪੋਰਟ ਦੇਣ ਦਾ ਕੀ ਟਾਈਮ ਇਹਨਾਂ ਨੇ? 1 ਵਜੇ ਕਹਿੰਦੇ ਆ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਖੜੇ ਹੋਣਾ? 1.5 ਘੰਟਾ ਹੋ ਗਿਆ। ਤੁਹਾਡਾ ਕੀ ਕਹਿਣਾ ਪ੍ਰਸ਼ਾਸਨ ਤੋਂ? ਅਸੀਂ ਤਾਂ ਕਹਿੰਦੇ ਹਾਂ ਕਿ ਆਪਣੇ ਅਸੂਲਾਂ 'ਤੇ ਅਮਲ ਕਰਨ, ਕਿ ਉਹ ਨਹੀਂ ਅਮਲ ਕਰਦੇ। ਜਨਤਾ ਕਿਤੇ ਘਰੋਂ ਵਿਹਲੀ ਆਉਂਦੀ ਆ, ਪਾਣੀ ਦੀ ਸਮੱਸਿਆ। ਮੱਖਣ ਸਿੰਘ ਜੀ, ਕਿੱਥੋਂ ਆਏ ਹੋ? ਮੈਂ ਦਰਿਆ ਸਤਲੁਜ ਚੱਕ ਮਾਵਨੀਆ ਚੋਂ। ਕੀ ਕਰਾਂ, ਬਿਮਾਰੀ ਕਿਹੜੀ ਸੀ ਆਪਾਂ? ਮੈਂ ਜੀ ਲੈਣੀ ਪੈਂਦਾ ਗਲੂਦਾਂ ਦੀ। ਅੱਛਾ, ਫਿਰ ਹਾਂਜੀ, ਇਹਨਾਂ ਮੈਨੂੰ ਕੋਈ ਇੱਥੇ ਕਿੰਨਾ ਚਿਰ ਹੋਏ ਖੜੇ ਨੂੰ? ਹੁਣੇ ਆਉਂਦੇ ਹੁਣੇ ਆਉਂਦੇ ਟਾਈਮ 'ਤੇ ਨਹੀਂ ਖੁੱਲ੍ਹੇ। ਕਿੰਨੇ ਘੰਟੇ ਖੜੇ ਆਪਾਂ? ਸਾਨੂੰ ਸਾਨੂੰ ਜੀ ਇਹਨਾਂ ਆਖਿਆ 1:30 ਵਜੇ। ਅੱਛਾ, ਅਤੇ 1:30 ਵਜੇ ਕਿਤੇ ਉੱਤੇ ਟਾਈਮ ਖਾ ਜਾਂਦਾ। ਰਿਪੋਰਟ ਮਿਲਣੇ ਮੈਂ ਪਰੇਸ਼ਾਨੀ ਹੈ। तीन चार दिन से चली आ रही पानी की समस्या तथा अन्य समस्याओं के बारे में आज हम बात करेंगे यहाँ के सिविल हॉस्पिटल के सुप्रिंटेंडेंट साहब से, मैडम जी से, और जाइए जानते हैं कि इनका क्या कहना है। हॉस्पिटल 2-3 दिन से तो पानी नहीं आ रहा। कल लिफ्ट बंद हो गई, लिफ्ट के अंदर 3 मरीज फंस गए, ठीक है, तो उसके बारे में आप देखो। पानी की समस्या तो हमारी जो पीछे टैंक गिराया है उसके मलबे में दब के नीचे पाइप्स क्रैक हो गई थी, बट एक जब मलबा उठाने लगे तो पाइप उनसे टूट गई। तो उसके लिए हमने किसी को भी पानी की प्रॉब्लम नहीं आने दी। हमने काफ़ी सारे फायर ब्रिगेड्स मंगाए जिससे हमने सारे ओवरहेड टैंक्स भरे 2 दिन। कल तक हमने पानी पूरा प्रोवाइड किया है, प्लस हमने टैंकर्स मंगवाए राउंड। मैडम सॉरी, हाँ मैं पूछ रहा हूँ कि कल हम 2 दिन से सिविल हॉस्पिटल के अंदर राउंड कर रहे हैं, तो हमने देखा किसी भी वाटर कूलर के अंदर पानी नहीं था और लोग इधर उधर पानी की लेने के लिए भटक रहे, और आपका कंटीन वाला 20-25 रुपये की बोतल दे रहा है उनको। जो वाटर कूलर्स की प्रॉब्लम है वो भी उतना टाइम है कि प्रेशर पंप हमें चलाना पड़ता है, हमारे ओवरहेड टैंक्स थोड़े छोटे हैं, तो जो पेशेंट्स हैं उनको इतनी समझ नहीं है, उसी में बर्तन और अपने कपड़े सब कुछ वॉश कर लेते हैं, उस करके वो टैंक्स जो हैं जल्दी खाली हो जाते हैं। पानी पीछे से लीक होता है बिकॉज पाइप्स क्रैक हो गए, इस करके 2-3 दिन नहीं 10 दिन से ही हमारी पानी की प्रॉब्लम चल रही है। अगर ज़्यादा हम प्रेशर पंप चलाते हैं तो साइड्स पे जो क्रैक्ड पाइप्स हैं उनके घर हैं उनमें पानी जाना शुरू हो जाता है, इकट्ठा हो जाता है। सो थोड़ी सी प्रॉब्लम है, हमने लोगों को भी समझाया है कि अपनी वॉशिंग इसमें मत करो, सिर्फ पीने के लिए यूज़ करो, अदरवाइज़ ऐसी बात नहीं कि हमारे हॉस्पिटल में पानी नहीं है, हमने पूरी प्रोविज़न किए।
जो कल लिफ्ट लाइट चली गई और लिफ्ट बंद हो गई उसके अंदर तीन मरीज फंस गए थे। कौन सी लिफ्ट की बात करें? एमसीएच। हाँ जी, इधर जो मरीजों के लिए लिखा हुआ है, एक तो बंद पड़ी आपकी, दूसरी चल नहीं। जो बंद पड़ी है उसकी हमें डेली मेल आती है कि हम आए थे चेक कर लिए। आज मैंने सिक्योरिटी गार्ड्स को बुलाया था और उससे लेटर दोबारा लिखवाई है कि वो लोग जो चेक करके गए हैं कि नहीं, उसकी मैं एक्सप्लेनेशन ले रही हूँ। और जो फंस गए हैं वो तो वंस इन अ वाइल ऐसे हो जाता है, अदरवाइज लिफ्ट ठीक है। आज जो सुबह आज जो गेट बंद कराया गया, इसके अंदर आम पब्लिक को तो जाने नहीं दिया जा रहा था, इवन कि प्रेग्नेंट से लेडीज थी उनको भी वापस भेज दिया। देन आफ्टर जो स्टाफ था उसको तो गेट खोला जा रहा था। तो अगर लॉ है तो सबके लिए है, अगर नहीं है तो किसी के लिए भी नहीं। मैंने ऐसा कोई लॉ नहीं हमने बनाया, हमने तो सिर्फ उसे बोला था कि इसको टोटली खोलो मत, ताकि यहाँ पे ट्रेसपासर्स ना और लोग बड़ी स्पीड से मोटरसाइकिल कार्स लेके आते, सो उसको अवॉइड करने के लिए उसे थोड़ा सा भीड़ने को कहा था। बाकी ऐसी कुछ नहीं है कि जनरल पब्लिक को कोई प्रॉब्लम हो या हरासमेंट हो, उसे बुला के समझा दिया गया। यानी कि सभी के लिए ये गेट खुला है? सभी के लिए खुला है, नॉट फॉर द व्हीकल्स। हाँ, आम आदमी पैदल जा सकता है बट व्हीकल्स नहीं, व्हीकल्स से प्रॉब्लम आती है। आम पब्लिक के व्हीकल्स जो फ्रंट गेट से आएंगी वही पार्किंग होगी। स्टाफ हमारा आ सकता है बिकॉज उनको काफ़ी ज़्यादा पीछे उनकी पार्किंग एरिया बना हुआ है स्टाफ का, तो उन्होंने पीछे वार्ड्स में जाना होता है। दैट इज़ ओपन ओनली फॉर ऑफिस स्टाफ, जो पिछली पार्किंग है। फ्रंट पार्किंग है दैट इज़ फॉर जनरल पब्लिक।